ਆਈਸੀਸੀ ਵਿਸ਼ਵ ਕੱਪ ਦੇ ਓਪਨਿੰਗ ਮੈਚ ਵਿੱਚ ਪਾਕਿਸਤਾਨ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟ ਇੰਡੀਜ਼ ਨੇ ਪਾਕਿਸਤਾਨ ਟੀਮ ਨੂੰ 7 ਵਿਕਟਾਂ ਦੇ ਨਾਲ ਮਾਤ ਦੇ ਦਿੱਤੀ। ਇਸ ਮੈਚ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਾਕਿਸਤਾਨ ਦੇ ਦਰਸ਼ਕ ਪਾਕਿਸਤਾਨ ਦੇ ਖਿਡਾਰੀਆਂ ਨੂੰ ਇਸ ਹਾਰ ਦੇ ਲਈ ਲਾਨਤਾਂ ਦਿੰਦੇ ਨਜ਼ਰ ਆ ਰਹੇ ਨੇ। ਵੈਸਟ ਇੰਡੀਜ਼ ਨਾਲ ਪਾਕਿਸਤਾਨ ਟੀਮ ਦਾ ਇਹ ਮੈਚ ਨਾਟਿੰਗਮ ਦੇ ਟੈਂਟ ਬ੍ਰਿਜ ਮੈਦਾਨ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪਾਕਿਸਤਾਨ 13.4 ਓਵਰਾਂ 'ਚ 105 ਦੌੜਾਂ ਤੇ ਸਿਮਟਿਆ, ਜਦਕਿ ਵੈਸਟ ਇੰਡੀਜ਼ ਨੇ 13.4 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਤੇ ਟੀਚਾ ਹਾਸਲ ਕੀਤਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। धरती से जुड़ा खेल कबड्डी, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 में से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।